ਜਦੋਂ ਦੀ ਵੀਡੀਓ ਆਈ ਹੈ ਲਾਰੈਂਸ ਨੂੰ ਤਿੰਨ ਵਾਰੀ ਕਮੇਟੀ ਚੇਂਜ ਕਰਤੀ ਕਦੇ ਕਿਸੇ ਅਫਸਰ ਨੂੰ ਚੇਂਜ ਕਰ ਦਿੰਦੇ ਕਦੇ ਕਿਸੇ ਨੂੰ ਕਰ ਦਿੰਦੇ ਹੁਣ ਸਾਰਾ ਕਿਹੜਾ ਅਫਸਰ ਫਿੱਟ ਬੈਠੋ ਇਹਨਾਂ ਦੇ ਰਿਪੋਰਟ ਦੇ ਨਾਲ ਜਦੋਂ ਦੀ ਵੀਡੀਓ ਆਈ ਹੈ ਲਾਰੈਂਸ ਦੀ ਤਿੰਨ ਵਾਰੀ ਕਮੇਟੀ ਚੇਂਜ ਕਰਤੀ ਕਦੇ ਕਿਸੇ ਅਫਸਰ ਨੂੰ ਚੇਂਜ ਕਰ ਦਿੰਦੇ ਕਦੇ ਕਿਸੇ ਨੂੰ ਕਰ ਦਿੰਦੇ ਹੁਣ ਖਬਰਾ ਕਿਹੜਾ ਅਫਸਰ ਫਿੱਟ ਬੈਠੋ ਇਹਨਾਂ ਦੇ ਰਿਪੋਰਟ ਦੇ ਨਾਲ ਜਿਹੜਾ ਉਹ ਵੀਡੀਓ ਦੀ ਜਾਂਚ ਕਰਕੇ ਦੱਸਣਗੇ ਜਾਂਚ ਕਿਹਦੇ ਖਿਲਾਫ ਹੋਊਗੀ ਇਹ ਵੀ ਆਪਾਂ ਨੂੰ ਪਤਾ ਜਾਂਚ ਕਰਾਉਣ ਵਾਲੇ ਯਾਰ ਦੇ ਖਿਲਾਫ ਫੈਸਲਾ ਕਿਵੇਂ ਰਖਾ ਦੂਗਾ ਇਹ ਵੀ ਆਪਾਂ ਨੂੰ ਪਤਾ ਕੀਤਾ ਤਾਂ ਆਪਣੀ ਹੈ ਜਾਂਚ ਕਾਹਦੀ ਹੈ ਜਾਂਚ ਕਿੱਥੋਂ ਕਰੋਗੇ ਸਬੂਤ ਕਿੱਥੋਂ ਜੁਟਾਓਗੇ ਦੋਸ਼ੀ ਤਾਂ ਤੁਹਾਡੇ ਕੋਲੇ ਹੀ ਫੜਿਆ ਹੋਇਆ ਤੁਸੀਂ ਉਹਨੂੰ ਕਰਿਆ ਪ੍ਰੋਟੈਕਸ਼ਨ ਬ੍ਰਾਂਚ ਦੇ ਲੈ ਚਾਰ ਮਾਰੋ ਛਿੱਤਰੋ ਤਾਂ ਉਹਦੇ ਵਾਂਗੂ ਬੋਲੂਗਾ ਸਰਕਾਰ ਸਾਨੂੰ ਕਿੰਨਾ ਕਦੀ ਗੇੜ ਚਵਾ ਰਹੀ ਹੈ ਔਰ ਇਹਨਾਂ ਨੂੰ ਇਹ ਲੱਗਦਾ ਕਿ ਜੋ ਸਾਡੇ ਅੱਗੇ ਨੂੰ ਭੇਡਾਂ ਨੇ ਸਾਰੀਆਂ ਉਹਨਾਂ ਦੇ ਕੋਈ ਦਿਮਾਗ ਨਾਲ ਦੀ ਚੀਜ਼ ਉਹਨਾਂ ਕੋਲ ਕੋਈ ਨਹੀਂ ਹੈਗੀ ਪਰ ਜੋ ਅਸੀਂ ਕਰ ਰਹੇ ਹਾਂ ਉਹੀ ਸਾਰੀ ਗੱਲ ਸਹੀ ਹੈ ਸੋ ਇਹਨਾਂ ਦੀ ਦੁੱਖ ਦੀ ਨਵਜ ਹੈ ਜਿਹੜੀ ਫਿਰੀ ਉਹਤੇ ਹੱਥ ਤੁਸੀਂ ਵੀ ਰੱਖੋ ਇਹਨਾਂ ਨੇ ਆਪਣੀ ਸੁਣਨੀ ਕੋਈ ਨਹੀਂ ਗਿਆਰਾਂ ਮਹੀਨੇ ਦਾ ਆਪਾਂ ਮਿਲਣਾ ਪਾਉਣ ਨੂੰ ਹੋ ਗਿਆ ਮੈਂ ਦੁਬਾਰੇ ਫਿਰ ਦੁਹਰਾ ਦਿੰਦਾ ਕੋਈ ਆਪਣੀ ਵੱਡੀ ਮੰਗ ਨਹੀਂ ਆਪਾਂ ਜਸਟ ਕੀ ਕਿਸ ਗੱਲ ਨੂੰ ਕਹਿੰਦੇ ਹਾਂ ਵੀ ਠੀਕ ਹੈ ਤੁਸੀਂ ਸ਼ੂਟਰ ਫੜਿਆ ਨੇ ਆਪਾਂ ਸਹਿਮਤ ਹਾਂ ਉਸ ਗੱਲ ਨਾਲ ਜਿਨ੍ਹਾਂ ਨੇ ਘਟਨਾ ਨੂੰ ਅੰਜਾਮ ਦਿੱਤਾ ਤੁਸੀਂ ਫੜ ਲਿਆ ਧੰਨਵਾਦ ਕਰਦਾ ਤੁਹਾਡਾ ਪ੍ਰਸ਼ਾਸਨ ਦਾ ਸਾਰੇ ਦਾ ਸਰਕਾਰ ਦਾ ਵੀ ਕਰਦਾ ਪਰ ਇੱਕ ਪਹਿਲੂ ਹੋਰ ਵੀ ਹੈ ਨਾ ਉਧਰਲੇ ਪਾਸੇ ਵੀ ਆ ਜਾਊ ਕੀ ਕੱਲ ਨੂੰ ਤੁਹਾਡੇ ਤੇ ਕੋਈ ਪਰਮਾਤਮਾ ਨਾ ਕਰੇ ਕੋਈ ਮਿਸਬੇ ਤੁਹਾਡੇ ਨਾਲ ਕਰ ਲੈਂਦਾ ਹੈ ਤਾਂ ਤੁਸੀਂ ਕਰਨ ਵਾਲੇ ਤੇ ਗੱਲ ਛੱਡ ਦੋਗੇ ਤੁਸੀਂ ਉਹਦੇ ਪੋਤੜੇ ਫਰੋਲ ਦਿਓਗੇ ਕੌਣ ਹੈ ਕਿੱਥੋਂ ਆਇਆ ਕਿਹਨੇ ਕਿਹਾ ਤੈਨੂੰ ਬਾਤ ਦੀ ਗੱਲ ਲਾ ਦਿੰਦੇ ਫਿਰ ਉਸ ਟਾਈਮ ਦੇ ਉੱਤੇ ਤੇ ਸਾਡੇ ਨਾਲ ਮਤਰੇਈ ਮਾਂ ਵਾਲਾ ਸਲੋਕ ਕਾਹਤੋਂ ਪੁੱਟਿਆ ਜਾਂਦਾ ਹੈ ਅਸੀਂ ਕੀ ਕਰਦੇ ਹਾਂ ਕਿ ਸਾਡਾ ਕਸੂਰ ਇੰਨਾ ਹੀ ਹੈ ਵੀ ਮੇਰੇ ਪੁੱਤ ਦੀ ਪਰਸਨੈਲਿਟੀ ਜੋ ਇੱਕ ਸਿੱਖ ਨੂੰ ਇੱਕ ਸਿੱਖ ਚਿਹਰਾ ਦਿਖਾਈ ਦਿੰਦਾ ਸੀ ਆਹੀ ਗਲਤੀ ਹੈ ਸਾਡੀ ਅਸੀਂ ਵੀ ਤੁਹਾਡੇ ਕੋਲ ਮੁੰਦਰਾ ਬੰਦਰਾਂ ਲੈ ਕੇ ਪਾ ਕੇ ਕਿਤੇ ਠੋਕੇ ਮਾਰੀ ਜਾਂਦੇ ਹੁੰਦੇ ਸ਼ਾਇਦ ਸਾਨੂੰ ਕਿਸੇ ਵੀ ਨਹੀਂ ਮਾਰਨਾ ਸੀ ਅਸੀਂ ਆਪਦੇ ਸਿਧਾਂਤਾਂ ਦੇ ਖੜੇ ਜੋ ਗਾਇਆ ਜੋ ਰੂਹ ਨੂੰ ਸਕੂਨ ਦਿੰਦਾ ਸੀ ਜੋ ਸਾਡੇ ਵਿਰਸੇ ਦੇ ਮੁਤਾਬਕ ਝੂਠ ਕਰਦਾ ਸੀ ਅਸੀਂ ਉਹ ਚੀਜ਼ ਕਰੀ ਬਹੁਤੇ ਕਹਿੰਦੇ ਸੀ ਪੱਗ ਬੰਨ ਕੇ ਭਾਵੇਂ ਫਿਲਮਾਂ ਨਹੀਂ ਬਣਦੀਆਂ ਪੱਗ ਬੰਨ ਕੇ ਵੀਡੀਓ ਨਹੀਂ ਬਣਦੀ ਤਾਂ ਸਾਰਾ ਕੁਛ ਅਸੀਂ ਸਾਫ਼ ਸੂਰਤ ਜਿਹੜੀ ਸ਼ਕਲ ਸੂਰਤ ਦੇ ਨਾਲ ਕੀਤਾ ਔਰ ਕਾਮਯਾਬ ਵੀ ਹੋਇਆ ਔਰ ਸਾਰੇ ਭਰਾਵਾਂ ਨੇ ਸਾਰੀ ਆਵਾਜ਼ ਜਿਹੜੀ ਉਸ ਚੀਜ਼ ਨੂੰ ਸਲਾਹਿਆ ਪ੍ਰਵਾਨ ਵੀ ਚੜਿਆ ਸਾਡੇ ਕੋਲ